ਅਮਿਤ ਸ਼ਾਹ ਜੀ ਲੁਧਿਆਣੇ ਦੇ ਵਿੱਚ ਰੈਲੀ ਕਰਨ ਆ ਰਹੇ ਨੇ। ਅਸੀਂ ਉਹਨਾਂ ਤੋਂ ਜਿਹੜੇ SKM ਵੱਲੋਂ ਸਵਾਲ ਬਣਾਏ ਗਏ ਨੇ ਉਹ ਅਸੀਂ ਪੁੱਛਣ ਦਾ ਬਣਾਇਆ ਸੀ, ਪਰ ਸਾਡੇ ਜਿਹੜੇ ਲੀਡਰਾਂ ਨੂੰ, ਸਾਡੇ ਜਿਹੜੇ ਕਿਸਾਨਾਂ ਨੂੰ ਥਾਂ ਥਾਂ 'ਤੇ ਰੋਕਿਆ ਜਾ ਰਿਹਾ। ਥਾਂ ਥਾਂ 'ਤੇ ਸਾਡੇ ਅਵਤਾਰ ਸਿੰਘ ਮੇਲੋਂ, ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਸਰਪ੍ਰਸਤ, ਉਹਨਾਂ ਨੂੰ ਘਰੇ ਨਜ਼ਰਬੰਦ ਕਰ ਦਿੱਤਾ ਗਿਆ। ਇਸ ਤਰ੍ਹਾਂ ਬਹੁਤ ਸਾਰੇ ਲੀਡਰਾਂ ਨੂੰ ਘਰੇ ਨਜ਼ਰਬੰਦ ਕਰ ਦਿੱਤਾ ਗਿਆ, ਕਿਸੇ ਨੂੰ ਫੜ ਲਿਆ ਗਿਆ। ਜਿਹੜੀ ਕਿ ਸਾਨੂੰ ਤਾਂ ਇਹ ਵੀ ਲੱਗਦੀ ਆ, ਜਿਹੜੀ ਪੰਜਾਬ ਸਰਕਾਰ ਆ ਉਹ ਵੀ ਸੈਂਟਰ ਦੇ ਨਾਲ ਰਲੀ ਹੋਈ ਆ, ਇਹਨਾਂ ਦੀ ਪੰਜਾਬ ਪੁਲਿਸ ਸੈਂਟਰ ਦੇ ਨਾਲ ਜਿਹੜੀ ਆ ਰਲੀ ਹੋਈ ਆ, ਅਤੇ ਇਹਨਾਂ ਨੂੰ ਇਸ ਤਰ੍ਹਾਂ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ, ਸਗੋਂ ਸਾਨੂੰ ਲਿਜਾ ਕੇ ਸਵਾਲਾਂ ਦੇ ਜਵਾਬ ਦਿਵਾਉਣੇ ਚਾਹੀਦੇ ਆ। ਅਸੀਂ ਪੂਰਨ ਸ਼ਾਂਤਮਈ ਢੰਗ ਦੇ ਨਾਲ ਆਪਦੇ ਸਵਾਲ ਕਰਨ ਜਾ ਰਹੇ ਹਾਂ, ਅਤੇ ਜਾਣ ਬੁੱਝ ਕੇ ਸਰਕਾਰਾਂ ਸਾਨੂੰ ਇਹ ਦੋਈ ਰਲੀਆਂ, ਪੰਜਾਬ ਸਰਕਾਰ ਅਤੇ ਜਾਣ ਬੁੱਝ ਕੇ ਇਹਨਾਂ ਦੀ ਪੁਲਿਸ ਸਾਨੂੰ, ਸਾਡੇ ਕਿਸਾਨਾਂ ਨੂੰ, ਸਾਡੇ ਲੀਡਰਾਂ ਨੂੰ ਤੰਗ ਕਰ ਰਹੀ ਆ। ਅਤੇ ਅਸੀਂ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਵੀ 3 ਵਜੇ ਕੁਹਾੜੇ ਚੌਂਕ ਤੋਂ ਉੱਥੇ ਇਕੱਠੇ ਹੋਣਾ, ਉੱਧਰ ਮੁੱਲਾਂਪੁਰ ਜਿਹੜੇ 12 ਵਜੇ ਇਕੱਠੇ ਹੋਣਾ, ਉੱਧਰੋਂ ਅਸੀਂ ਜਥਿਆਂ ਦੇ ਰੂਪ ਦੇ ਵਿੱਚ ਜਿਹੜਾ ਅਸੀਂ ਸਵਾਲ ਕਰਨ ਲਈ ਜਾਵਾਂਗੇ। ਅਸੀਂ ਤਾਂ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਸਾਨੂੰ ਲਿਜਾ ਕੇ ਮੁਲਾਕਾਤ ਕਰਾਈ ਜਾਵੇ, ਸਾਡੇ ਸਵਾਲਾਂ ਦੇ ਜਵਾਬ ਦਵਾਏ ਜਾਣ, ਕਿਉਂਕਿ ਸਾਡੇ 'ਤੇ ਇਹਨਾਂ ਨੇ ਜਿਹੜੇ ਅੱਤਿਆਚਾਰ ਕੀਤੇ, MSP ਦਾ ਸਵਾਲ ਆ, ਸਾਡੇ 'ਤੇ ਲਖਮੀਰਪੁਰ ਖੀਰੀ ਦਾ ਜਿਹੜਾ ਹੈਗਾ ਸਵਾਲ ਆ, ਸਾਨੂੰ ਦਿੱਲੀ ਵੜ ਨਹੀਂ ਦਿੱਤਾ ਗਿਆ, ਸਾਡੇ ਸ਼ੁਭਕਰਨ ਦੀ ਮੌਤ ਦਾ ਸਵਾਲ ਆ, ਅਤੇ ਇਹ ਅੱਜ ਪੰਜਾਬ 'ਚ ਕੀ ਲੈਣ ਆਉਂਦੇ ਨੇ, ਇਹ ਅਸੀਂ ਅੱਜ ਇਹਨਾਂ ਨੂੰ ਸਵਾਲ ਪੁੱਛਣ ਜਾ ਰਹੇ ਹਾਂ। ਅਤੇ ਲੋਕਾਂ ਨੂੰ ਬੇਨਤੀ ਕਰਾਂਗੇ 1 ਤਰੀਕ ਨੂੰ ਇਹਨਾਂ ਲੋਕਾਂ ਨੂੰ ਪਛਾਣੋ, ਇਹਨਾਂ ਜਿਹੜੇ ਸਾਡੇ 'ਤੇ ਤਸ਼ੱਦਦ ਕਰਦੇ ਆ ਇਹਨਾਂ ਨੂੰ ਮੂੰਹ ਨਾ ਲਾਓ। ਧੰਨਵਾਦ ਜੀ। ਅਮਿਤ ਸ਼ਾਹ ਜੀ ਲੁਧਿਆਣੇ ਦੇ ਵਿੱਚ ਰੈਲੀ ਕਰਨ ਆ ਰਹੇ ਨੇ। ਅਸੀਂ ਉਹਨਾਂ ਤੋਂ ਜਿਹੜੇ SKM ਵੱਲੋਂ ਸਵਾਲ ਬਣਾਏ ਗਏ ਨੇ ਉਹ ਅਸੀਂ ਪੁੱਛਣ ਦਾ ਬਣਾਇਆ ਸੀ, ਪਰ ਸਾਡੇ ਜਿਹੜੇ ਲੀਡਰਾਂ ਨੂੰ, ਸਾਡੇ ਜਿਹੜੇ ਕਿਸਾਨਾਂ ਨੂੰ ਥਾਂ ਥਾਂ 'ਤੇ ਰੋਕਿਆ ਜਾ ਰਿਹਾ। ਥਾਂ ਥਾਂ 'ਤੇ ਸਾਡੇ ਅਵਤਾਰ ਸਿੰਘ ਮੇਲੋਂ, ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਸਰਪ੍ਰਸਤ, ਉਹਨਾਂ ਨੂੰ ਘਰੇ ਨਜ਼ਰਬੰਦ ਕਰ ਦਿੱਤਾ ਗਿਆ। ਇਸ ਤਰ੍ਹਾਂ ਬਹੁਤ ਸਾਰੇ ਲੀਡਰਾਂ ਨੂੰ ਘਰੇ ਨਜ਼ਰਬੰਦ ਕਰ ਦਿੱਤਾ ਗਿਆ, ਕਿਸੇ ਨੂੰ ਫੜ ਲਿਆ ਗਿਆ। ਜਿਹੜੀ ਕਿ ਸਾਨੂੰ ਤਾਂ ਇਹ ਵੀ ਲੱਗਦੀ ਆ, ਜਿਹੜੀ ਪੰਜਾਬ ਸਰਕਾਰ ਆ ਉਹ ਵੀ ਸੈਂਟਰ ਦੇ ਨਾਲ ਰਲੀ ਹੋਈ ਆ, ਇਹਨਾਂ ਦੀ ਪੰਜਾਬ ਪੁਲਿਸ ਸੈਂਟਰ ਦੇ ਨਾਲ ਜਿਹੜੀ ਆ ਰਲੀ ਹੋਈ ਆ, ਅਤੇ ਇਹਨਾਂ ਨੂੰ ਇਸ ਤਰ੍ਹਾਂ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ, ਸਗੋਂ ਸਾਨੂੰ ਲਿਜਾ ਕੇ ਸਵਾਲਾਂ ਦੇ ਜਵਾਬ ਦਿਵਾਉਣੇ ਚਾਹੀਦੇ ਆ। ਅਸੀਂ ਪੂਰਨ ਸ਼ਾਂਤਮਈ ਢੰਗ ਦੇ ਨਾਲ ਆਪਦੇ ਸਵਾਲ ਕਰਨ ਜਾ ਰਹੇ ਹਾਂ, ਅਤੇ ਜਾਣ ਬੁੱਝ ਕੇ ਸਰਕਾਰਾਂ ਸਾਨੂੰ ਇਹ ਦੋਈ ਰਲੀਆਂ, ਪੰਜਾਬ ਸਰਕਾਰ ਅਤੇ ਜਾਣ ਬੁੱਝ ਕੇ ਇਹਨਾਂ ਦੀ ਪੁਲਿਸ ਸਾਨੂੰ, ਸਾਡੇ ਕਿਸਾਨਾਂ ਨੂੰ, ਸਾਡੇ ਲੀਡਰਾਂ ਨੂੰ ਤੰਗ ਕਰ ਰਹੀ ਆ। ਅਤੇ ਅਸੀਂ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਵੀ 3 ਵਜੇ ਕੁਹਾੜੇ ਚੌਂਕ ਤੋਂ ਉੱਥੇ ਇਕੱਠੇ ਹੋਣਾ, ਉੱਧਰ ਮੁੱਲਾਂਪੁਰ ਜਿਹੜੇ 12 ਵਜੇ ਇਕੱਠੇ ਹੋਣਾ, ਉੱਧਰੋਂ ਅਸੀਂ ਜਥਿਆਂ ਦੇ ਰੂਪ ਦੇ ਵਿੱਚ ਜਿਹੜਾ ਅਸੀਂ ਸਵਾਲ ਕਰਨ ਲਈ ਜਾਵਾਂਗੇ। ਅਸੀਂ ਤਾਂ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਸਾਨੂੰ ਲਿਜਾ ਕੇ ਮੁਲਾਕਾਤ ਕਰਾਈ ਜਾਵੇ, ਸਾਡੇ ਸਵਾਲਾਂ ਦੇ ਜਵਾਬ ਦਵਾਏ ਜਾਣ, ਕਿਉਂਕਿ ਸਾਡੇ 'ਤੇ ਇਹਨਾਂ ਨੇ ਜਿਹੜੇ ਅੱਤਿਆਚਾਰ ਕੀਤੇ, MSP ਦਾ ਸਵਾਲ ਆ, ਸਾਡੇ 'ਤੇ ਲਖਮੀਰਪੁਰ ਖੀਰੀ ਦਾ ਜਿਹੜਾ ਹੈਗਾ ਸਵਾਲ ਆ, ਸਾਨੂੰ ਦਿੱਲੀ ਵੜ ਨਹੀਂ ਦਿੱਤਾ ਗਿਆ, ਸਾਡੇ ਸ਼ੁਭਕਰਨ ਦੀ ਮੌਤ ਦਾ ਸਵਾਲ ਆ, ਅਤੇ ਇਹ ਅੱਜ ਪੰਜਾਬ 'ਚ ਕੀ ਲੈਣ ਆਉਂਦੇ ਨੇ, ਇਹ ਅਸੀਂ ਅੱਜ ਇਹਨਾਂ ਨੂੰ ਸਵਾਲ ਪੁੱਛਣ ਜਾ ਰਹੇ ਹਾਂ। ਅਤੇ ਲੋਕਾਂ ਨੂੰ ਬੇਨਤੀ ਕਰਾਂਗੇ 1 ਤਰੀਕ ਨੂੰ ਇਹਨਾਂ ਲੋਕਾਂ ਨੂੰ ਪਛਾਣੋ, ਇਹਨਾਂ ਜਿਹੜੇ ਸਾਡੇ 'ਤੇ ਤਸ਼ੱਦਦ ਕਰਦੇ ਆ ਇਹਨਾਂ ਨੂੰ ਮੂੰਹ ਨਾ ਲਾਓ। ਧੰਨਵਾਦ ਜੀ। ਅਮਿਤ ਸ਼ਾਹ ਜੀ ਲੁਧਿਆਣੇ ਦੇ ਵਿੱਚ ਰੈਲੀ ਕਰਨ ਆ ਰਹੇ ਨੇ। ਅਸੀਂ ਉਹਨਾਂ ਤੋਂ ਜਿਹੜੇ SKM ਵੱਲੋਂ ਸਵਾਲ ਬਣਾਏ ਗਏ ਨੇ ਉਹ ਅਸੀਂ ਪੁੱਛਣ ਦਾ ਬਣਾਇਆ ਸੀ, ਪਰ ਸਾਡੇ ਜਿਹੜੇ ਲੀਡਰਾਂ ਨੂੰ, ਸਾਡੇ ਜਿਹੜੇ ਕਿਸਾਨਾਂ ਨੂੰ ਥਾਂ ਥਾਂ 'ਤੇ ਰੋਕਿਆ ਜਾ ਰਿਹਾ। ਥਾਂ ਥਾਂ 'ਤੇ ਸਾਡੇ ਅਵਤਾਰ ਸਿੰਘ ਮੇਲੋਂ, ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਸਰਪ੍ਰਸਤ, ਉਹਨਾਂ ਨੂੰ ਘਰੇ ਨਜ਼ਰਬੰਦ ਕਰ ਦਿੱਤਾ ਗਿਆ। ਇਸ ਤਰ੍ਹਾਂ ਬਹੁਤ ਸਾਰੇ ਲੀਡਰਾਂ ਨੂੰ ਘਰੇ ਨਜ਼ਰਬੰਦ ਕਰ ਦਿੱਤਾ ਗਿਆ, ਕਿਸੇ ਨੂੰ ਫੜ ਲਿਆ ਗਿਆ। ਜਿਹੜੀ ਕਿ ਸਾਨੂੰ ਤਾਂ ਇਹ ਵੀ ਲੱਗਦੀ ਆ, ਜਿਹੜੀ ਪੰਜਾਬ ਸਰਕਾਰ ਆ
ਉਹ ਵੀ ਸੈਂਟਰ ਦੇ ਨਾਲ ਰਲੀ ਹੋਈ ਆ, ਇਹਨਾਂ ਦੀ ਪੰਜਾਬ ਪੁਲਿਸ ਸੈਂਟਰ ਦੇ ਨਾਲ ਜਿਹੜੀ ਆ ਰਲੀ ਹੋਈ ਆ, ਤੇ ਇਹਨਾਂ ਨੂੰ ਇਸ ਤਰ੍ਹਾਂ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ, ਸਗੋਂ ਸਾਨੂੰ ਲਿਜਾ ਕੇ ਸਵਾਲਾਂ ਦੇ ਜਵਾਬ ਦਵਾਉਣੇ ਚਾਹੀਦੇ ਆ। ਅਸੀਂ ਪੂਰਨ ਸ਼ਾਂਤਮਈ ਢੰਗ ਦੇ ਨਾਲ ਆਪਦੇ ਸਵਾਲ ਕਰਨ ਜਾ ਰਹੇ ਹਾਂ, ਤੇ ਜਾਣ ਬੁੱਝ ਕੇ ਸਰਕਾਰਾਂ ਸਾਨੂੰ ਇਹ ਦੋਈ ਰਲੀਆਂ, ਪੰਜਾਬ ਸਰਕਾਰ ਤੇ ਜਾਣ ਬੁੱਝ ਕੇ ਇਹਨਾਂ ਦੀ ਪੁਲਿਸ ਸਾਨੂੰ, ਸਾਡੇ ਕਿਸਾਨਾਂ ਨੂੰ, ਸਾਡੇ ਲੀਡਰਾਂ ਨੂੰ ਤੰਗ ਕਰ ਰਹੀ ਆ। ਤੇ ਅਸੀਂ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਵੀ 3 ਵਜੇ ਕੋਹਾੜੇ ਚੌਂਕ ਤੋਂ ਉੱਥੇ ਇਕੱਠੇ ਹੋਣਾ, ਉੱਧਰ ਮੁੱਲਾਂਪੁਰ ਜਿਹੜੇ 12 ਵਜੇ ਇਕੱਠੇ ਹੋਣਾ, ਉੱਧਰੋਂ ਅਸੀਂ ਜਥਿਆਂ ਦੇ ਰੂਪ ਦੇ ਵਿੱਚ ਜਿਹੜਾ ਅਸੀਂ ਸਵਾਲ ਕਰਨ ਲਈ ਜਾਵਾਂਗੇ। ਅਸੀਂ ਤਾਂ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਸਾਨੂੰ ਲਿਜਾ ਕੇ ਮੁਲਾਕਾਤ ਕਰਾਈ ਜਾਵੇ, ਸਾਡੇ ਸਵਾਲਾਂ ਦੇ ਜਵਾਬ ਦਵਾਏ ਜਾਣ, ਕਿਉਂਕਿ ਸਾਡੇ ਤੇ ਇਹਨਾਂ ਨੇ ਜਿਹੜੇ ਅਤਿਆਚਾਰ ਕੀਤੇ, MSP ਦਾ ਸਵਾਲ ਆ ਸਾਡੇ ਤੇ, ਲਖਮੀਰਪੁਰ ਖੀਰੀ ਦਾ ਜਿਹੜਾ ਹੈਗਾ ਸਵਾਲ ਆ, ਸਾਨੂੰ ਦਿੱਲੀ ਵੜ ਨਹੀਂ ਦਿੱਤਾ ਗਿਆ, ਸਾਡੇ ਸ਼ੁਭਕਰਨ ਦੀ ਮੌਤ ਦਾ ਸਵਾਲ ਆ, ਤੇ ਇਹ ਅੱਜ ਪੰਜਾਬ ਚ ਕੀ ਲੈਣ ਆਉਂਦੇ ਨੇ, ਇਹ ਅਸੀਂ ਅੱਜ ਇਹਨਾਂ ਨੂੰ ਸਵਾਲ ਪੁੱਛਣ ਜਾ ਰਹੇ ਹਾਂ। ਤੇ ਲੋਕਾਂ ਨੂੰ ਬੇਨਤੀ ਕਰਾਂਗੇ 1 ਤਰੀਕ ਨੂੰ ਇਹਨਾਂ ਲੋਕਾਂ ਨੂੰ ਪਛਾਣੋ, ਇਹਨਾਂ ਜਿਹੜੇ ਸਾਡੇ ਤੇ ਤਸ਼ੱਦਦ ਕਰਦੇ ਆ ਇਹਨਾਂ ਨੂੰ ਮੂੰਹ ਨਾ ਲਾਓ। ਧੰਨਵਾਦ ਜੀ। ਅਮਿਤ ਸ਼ਾਹ ਜੀ ਲੁਧਿਆਣੇ ਦੇ ਵਿੱਚ ਰੈਲੀ ਕਰਨ ਆ ਰਹੇ ਨੇ, ਅਸੀਂ ਉਹਨਾਂ ਤੋਂ ਜਿਹੜੇ SKM